ਤੋ ਛੁੱਟੀ ਹੋਈ ਸੀ ਕਾਲਜ ਤੋਂ ਆ ਰਹੇ ਸੀ ਅਸੀਂ ਦਿੱਲੀ ਆਈਦਾ ਸੀ ਬਸ ਹੀ ਆਈਦਾ ਸ਼ਾਹਬਾਦ ਕਾਫੀ ਜਾਣੇ ਹੋਏ ਨੇ ਜਿਹੜੇ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠੇ ਥ੍ਰੀ ਸੀਟਰ ਦੇ ਬੈਠੇ ਉਹ ਸਾਰੇ ਜ਼ਖਮੀ ਕਾਲਜ ਤੋਂ ਛੁੱਟੀ ਹੋਈ ਸੀ ਕਾਲਜ ਤੋਂ ਆ ਰਹੇ ਸੀ ਅਸੀਂ ਦਿੱਲੀ ਆਈਦਾ ਸੀ ਬਸ ਹੀ ਆਈਦਾ ਸ਼ਾਹਬਾਦ ਕਾਫੀ ਜਾਣੇ ਹੋਏ ਨੇ ਜਿਹੜੇ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠੇ ਥ੍ਰੀ ਸੀਟਰ ਦੇ ਬੈਠੇ ਉਹ ਸਾਰੇ ਜ਼ਖਮੀ ਕਾਲਜ ਤੋਂ ਛੁੱਟੀ ਹੋਈ ਸੀ ਕਾਲਜ ਤੋਂ ਆ ਰਹੇ ਸੀ ਅਸੀਂ ਦਿੱਲੀ ਆਈਦਾ ਸੀ ਬਸ ਹੀ ਆਈਦਾ ਸ਼ਾਹਬਾਦ ਕਾਫੀ ਜਾਣੇ ਹੋਏ ਨੇ ਜਿਹੜੇ ਡਰਾਈਵਰ ਦੇ ਪਿੱਛੇ ਵਾਲੀ ਸਾਈਡ ਬੈਠੇ ਥ੍ਰੀ ਸੀਟਰ ਦੇ ਬੈਠੇ ਉਹ ਸਾਰੇ ਜ਼ਖਮੀ ਤੁਹਾਨੂੰ ਇਹ ਦਰਦਨਾਕ ਹਾਦਸੇ ਵਾਲੀ ਜਗ੍ਹਾ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਬਟਾਲਾ ਦੇ ਕਾਦੀਆਂ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ, ਜਦੋਂ ਕਿ ਬਟਾਲਾ ਤੋਂ ਬੱਸ ਕਾਦੀਆਂ ਜਾ ਰਹੀ ਸੀ, ਰਾਹ ਦੇ ਵਿੱਚ ਸ਼ਾਹਬਾਦ ਦੇ ਕੋਲ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਸਕੂਟੀ ਨੂੰ ਬਚਾਉਂਦੇ ਸਮੇਂ ਦਰਅਸਲ ਇਸ ਬੱਸ ਦਾ ਸੰਤੁਲਨ ਵਿਗੜ ਜਾਂਦਾ ਤਾਂ ਰੋਡ ਦੀ ਸਾਈਡ 'ਤੇ ਜੋ ਕਿ ਇੱਕ ਕਮਰੇ ਦੀ ਸ਼ਕਲ ਦੇ ਵਿੱਚ ਜੋ ਕਿ ਬੱਸ ਅੱਡਾ ਸੀਗਾ, ਉਸ ਬੱਸ ਅੱਡੇ ਦੇ ਨਾਲ ਇਸ ਬੱਸ ਦੀ ਤੇਜ਼ ਰਫ਼ਤਾਰ ਦੇ ਵਿੱਚ ਟੱਕਰ ਹੁੰਦੀ ਹੈ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ, ਜੋ ਕਿ ਬਟਾਲਾ ਦੇ SSP ਨੇ ਨਿਊਜ਼ 18 ਪੰਜਾਬ 'ਤੇ 3 ਮੌਤਾਂ ਦੀ ਪੁਸ਼ਟੀ ਕੀਤੀ ਹੈ। ਨਿਊਜ਼ 18 ਪੰਜਾਬ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਬਟਾਲਾ ਦੇ SSP ਜੋ ਕਿ ਜੁੜੇ ਸਨ ਤਾਂ ਉੱਥੇ ਹੀ 6 ਦੇ ਕਰੀਬ ਲੋਕ ਜੋ ਕਿ ਜ਼ਖਮੀ ਹੋਏ ਨੇ, ਉਹਨਾਂ ਨੂੰ ਕਿ ਅੰਮ੍ਰਿਤਸਰ ਰੈਫਰ ਕੀਤਾ ਗਿਆ, ਬਾਕੀ ਜ਼ਖਮੀਆਂ ਦਾ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ। ਤਾਂ ਬੇਹੱਦ ਦਰਦਨਾਕ ਹਾਦਸਾ ਜੋ ਕਿ ਬਟਾਲਾ ਦੇ ਕਾਦੀਆਂ ਦੇ ਵਿੱਚ ਵਾਪਰਿਆ, ਬਟਾਲਾ ਕਾਦੀਆਂ ਰੋਡ 'ਤੇ ਇਹ ਹਾਦਸਾ ਅਚਾਨਕ ਵਾਪਰ ਜਾਂਦਾ ਹੈ। ਬਾਈਕ ਨੂੰ ਸਕੂਟੀ ਨੂੰ ਬਚਾਉਂਦੇ ਸਮੇਂ ਜੋ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ, ਅਚਾਨਕ ਬੱਸ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਸੜਕ ਕਿਨਾਰੇ ਸਣੇ ਬੱਸ ਸਟੈਂਡ ਦੇ ਨਾਲ ਜਿਹੜਾ ਕਿ ਸੜਕ ਦੇ ਕਿਨਾਰੇ ਬਣਿਆ ਬੱਸ ਸਟੈਂਡ ਸੀਗਾ, ਬੱਸ ਅੱਡਾ ਸੀ, ਉਸਦੇ ਨਾਲ ਤੇਜ਼ ਰਫ਼ਤਾਰ ਦੇ ਵਿੱਚ ਇਸ ਬੱਸ ਦੀ ਟੱਕਰ ਹੋ ਜਾਂਦੀ ਹੈ। ਬੱਸ ਦੇ ਅੰਦਰ ਤੱਕ ਲੈਂਟਰ ਜਿਹੜਾ ਕਿ ਵੜ ਜਾਂਦਾ ਹੈ, ਜੋ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ। ਨਾਲ ਹੀ ਤੁਹਾਨੂੰ ਅਸੀਂ ਉਸ ਸਕੂਟੀ ਦੀ ਵੀ ਤਸਵੀਰ ਵਿਖਾ ਰਹੇ ਹਾਂ। ਬੱਸ ਦੇ ਅਗਲੇ ਪਾਸੇ ਬਿਲਕੁਲ ਹੇਠਲੇ ਪਾਸੇ ਜਿਹੜੀ ਕਿ ਇੱਕ ਸਕੂਟੀ ਸਾਫ਼ ਤੌਰ 'ਤੇ ਫਸੀ ਹੋਈ ਵੇਖੀ ਜਾ ਸਕਦੀ ਹੈ। ਦਰਅਸਲ ਇਸੇ ਸਕੂਟੀ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਤਾਂ ਬਟਾਲਾ ਦੇ SSP ਜੋ ਥੋੜ੍ਹੀ ਦੇਰ ਪਹਿਲਾਂ ਸਾਡੇ ਨਾਲ ਜੁੜੇ, ਉਹਨਾਂ ਨੇ 3 ਮੌਤਾਂ ਦੀ ਪੁਸ਼ਟੀ ਕੀਤੀ ਹੈ। SSP ਦੇ ਮੁਤਾਬਿਕ ਬੱਸ ਹਾਦਸੇ ਦੇ ਵਿੱਚ 3 ਲੋਕਾਂ ਦੀ ਜਾਨ ਗਈ ਹੈ, 3 ਲੋਕਾਂ ਦੀ ਮੌਤ ਹੋਈ ਹੈ, 6 ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਕਿ ਅੰਮ੍ਰਿਤਸਰ ਰੈਫਰ ਕੀਤਾ ਗਿਆ। ਬਾਕੀ ਜ਼ਖਮੀਆਂ ਦਾ ਜੋ ਕਿ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ। 10 ਤੋਂ 12 ਮੁਸਾਫਰ ਜੋ ਕਿ ਜ਼ਖਮੀ ਹੋਏ ਨੇ, ਗੰਭੀਰ ਜ਼ਖਮੀਆਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਅਤੇ ਤੁਹਾਨੂੰ ਹਾਦਸੇ ਵਾਲੀ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਨਾਲ ਹੀ ਹਸਪੀਟਲ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਜਿੱਥੇ ਕਿ ਇਸ ਵੇਲੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ। ਕੁਝ ਜੋ ਕਿ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜੋ ਬਟਾਲਾ ਦੇ SSP ਨੇ ਨਿਊਜ਼ 18 ਪੰਜਾਬ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਅਤੇ ਨਾਲ ਹੀ 3 ਮੌਤਾਂ ਦੀ ਜੋ ਕਿ SSP ਨੇ ਪੁਸ਼ਟੀ ਕੀਤੀ ਹੈ, ਉਹਨਾਂ ਦੇ ਮੁਤਾਬਿਕ ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ, 6 ਸਵਾਰੀਆਂ ਦੀ ਹਾਲਤ ਗੰਭੀਰ ਹੈ, ਗੰਭੀਰ ਜ਼ਖਮੀਆਂ ਨੂੰ ਜੋ ਕਿ ਅੰਮ੍ਰਿਤਸਰ ਰੈਫਰ ਕੀਤਾ ਗਿਆ। 10 ਤੋਂ 12 ਮੁਸਾਫਰ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਕਿ ਬਟਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਤਾਂ ਗੁਰਦਾਸਪੁਰ ਦੇ ਦਰਅਸਲ ਕਾਦੀਆਂ ਦੇ ਕੋਲ ਹੀ ਸ਼ਾਹਬਾਦ ਦੇ ਨੇੜੇ ਜਿਹੜਾ ਕਿ ਅਚਾਨਕ ਹਾਦਸਾ ਵਾਪਰ ਜਾਂਦਾ ਹੈ, ਜਦੋਂ ਪ੍ਰਾਈਵੇਟ ਬੱਸ ਜਿਹੜੀ ਕਿ ਬਟਾਲਾ ਬੱਸ ਅੱਡੇ ਤੋਂ ਕਾਦੀਆਂ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਸ਼ਾਹਬਾਦ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਸਕੂਟੀ ਨੂੰ ਬਚਾਉਂਦੇ ਸਮੇਂ ਇਹ ਬੱਸ ਅੱਡੇ ਨਾਲ ਜਾ ਕੇ ਟਕਰਾਉਂਦੀ ਹੈ, ਬੱਸ ਅੱਡਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਅਤੇ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ
ਜੋ ਕਿ ਨੁਕਸਾਨੀਆਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ। ਅਤੇ ਜਿਹੜੇ ਬੱਸ ਦੇ ਅਗਲੇ ਹਿੱਸੇ ਡਰਾਈਵਰ ਦੇ ਨੇੜੇ ਦੀਆਂ ਜਿਹੜੀਆਂ ਸੀਟਾਂ ਹੁੰਦੀਆਂ ਨੇ ਉੱਥੇ ਜਿਹੜੇ ਲੋਕ ਸਵਾਰ ਸਨ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਿਆ, ਉਹ ਜ਼ਿਆਦਾ ਗੰਭੀਰ ਜ਼ਖਮੀ ਹੋਏ ਨੇ। ਤਾਂ 10 ਤੋਂ 12 ਮੁਸਾਫਰ ਜ਼ਖਮੀ ਹੋਏ ਨੇ, 6 ਸਵਾਰੀਆਂ ਦੀ ਹਾਲਤ ਗੰਭੀਰ ਹੈ ਅਤੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਜੋ ਕਿ ਬਟਾਲਾ ਦੇ SSP ਦੇ ਵੱਲੋਂ ਸਾਡੇ ਨਾਲ ਗੱਲਬਾਤ ਕਰਦੇ ਹੋਏ ਕੀਤੀ ਗਈ ਹੈ। ਫਿਲਹਾਲ ਹਰ ਐਂਗਲ ਤੋਂ ਹਰ ਪਹਿਲੂ ਤੋਂ ਜੋ ਕਿ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੋਰ ਹਾਦਸੇ ਨਾਲ ਜੁੜੇ ਹੋਏ ਤੱਥ ਸਾਹਮਣੇ ਆਉਣਗੇ। ਜਿਵੇਂ ਉਹ ਜਾਣਕਾਰੀ ਸਾਡੇ ਕੋਲ ਪਹੁੰਚੇਗੀ ਉਹ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਪਰ ਫਿਲਹਾਲ ਇਹੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਬੱਸ ਜੋ ਕਿ ਬਟਾਲਾ ਤੋਂ ਕਰਦੀਆਂ ਜਾ ਰਹੀ ਸੀ ਸ਼ਾਹਬਾਦ ਦੇ ਕੋਲ, ਇੱਕ ਸਕੂਟੀ ਨੂੰ ਬਚਾਉਂਦੇ ਸਮੇਂ ਅਚਾਨਕ ਬੱਸ ਦਾ ਜਦੋਂ ਸੰਤੁਲਨ ਵਿਗੜਿਆ ਤਾਂ ਉਹ ਬੱਸ ਅੱਡੇ ਨਾਲ ਜਾ ਕੇ ਟਕਰਾ ਜਾਂਦੀ ਹੈ। ਬੱਸ ਅੱਡਾ ਅਸੀਂ ਇਹ ਜ਼ਰੂਰ ਦਰਸ਼ਕ ਸਮਝਦੇ ਹੋਣਗੇ, ਲੋਕਲ ਰੋਡ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਜਿਹੜਾ ਕਿ ਮੇਨ ਰੋਡ ਨਿਕਲਦਾ ਹੈ ਉੱਥੇ ਰੋਡ 'ਤੇ ਇੱਕ ਜਾਂ 2 ਕਮਰੇ ਦੀ ਸ਼ਕਲ ਦੇ ਵਿੱਚ ਇੱਕ ਬੱਸ ਅੱਡਾ ਹੁੰਦਾ, ਉੱਥੇ ਬੈਠਣ ਦਾ ਜਿਹੜਾ ਕਿ ਸਵਾਰੀਆਂ ਦੇ ਇੰਤਜ਼ਾਮ ਕੀਤਾ ਜਾਂਦਾ, ਉਸੇ ਤਰ੍ਹਾਂ ਦਾ ਇਹ ਅੱਡਾ ਸੀਗਾ। ਅਤੇ ਸਕੂਟੀ ਨੂੰ ਬਚਾਉਂਦੇ ਸਮੇਂ ਇਹ ਬੱਸ ਅੱਡੇ ਦੀ ਜਿਹੜੀ ਬਿਲਡਿੰਗ ਸੀ ਉਹ ਕੰਧ ਸੀ ਉਸ ਦੇ ਨਾਲ ਜਾ ਕੇ ਟਕਰਾਉਂਦੀ ਹੈ, ਅਤੇ ਉਸ ਤੋਂ ਬਾਅਦ 'ਚ ਬੱਸ ਅੱਡਾ ਵੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਜਾਂਦਾ ਹੈ। ਬੱਸ ਦਾ ਜੋ ਕਿ ਲੈਂਟਰ ਹੈ, ਲੈਂਟਰ ਵਾਲਾ ਹਿੱਸਾ ਉਹ ਬਿਲਕੁਲ ਬੱਸ ਦੇ ਵਿੱਚ ਵੜਿਆ ਹੋਇਆ ਵੇਖਿਆ ਜਾ ਸਕਦਾ ਹੈ ਕਿ ਉਹ ਬੱਸ ਨੂੰ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਬੱਸ ਦਾ ਉਹ ਪੂਰਾ ਹਿੱਸਾ, ਅਤੇ ਉਸ ਤੋਂ ਬਾਅਦ ਨੁਕਸਾਨਿਆ ਗਿਆ ਤਾਂ ਆਖਿਰਕਾਰ ਜਿਹੜਾ ਇਹ ਲੈਂਟਰ ਸੀਗਾ ਬੱਸ ਅੱਡੇ ਦਾ ਬਿਲਕੁਲ ਬੱਸ ਦੇ ਅੰਦਰ ਤੱਕ ਚਲਾ ਗਿਆ, ਬੱਸ ਦੇ ਅੰਦਰ ਤੱਕ ਵੜ ਗਿਆ, ਜੋ ਤਸਵੀਰਾਂ 'ਚ ਸਾਫ਼ ਵੇਖਿਆ ਜਾ ਸਕਦਾ ਹੈ। ਨਾਲ ਹੀ ਤੁਹਾਨੂੰ ਉਸ ਸਕੂਟੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ, ਬਿਲਕੁਲ ਵਾਈਟ ਕਲਰ ਦੀ ਇੱਕ ਸਕੂਟੀ ਜੋ ਕਿ ਬੱਸ ਦੇ ਅਗਲੇ ਹਿੱਸੇ ਟਾਇਰ ਦੇ ਬਿਲਕੁਲ ਅੱਗੇ ਹੇਠਾਂ ਫਸੀ ਹੋਈ ਵੇਖੀ ਜਾ ਸਕਦੀ ਹੈ। ਦਰਅਸਲ ਇਸ ਸਕੂਟੀ ਨੂੰ ਬਚਾਉਂਦੇ ਸਮੇਂ ਇਹ ਹਾਦਸਾ ਵਾਪਰਿਆ। ਹਾਲਾਂਕਿ ਜੋ SSP ਨੇ ਜਾਣਕਾਰੀ ਦਿੱਤੀ ਹੈ ਕਿ ਜੋ ਸਕੂਟੀ ਦੇ ਲੋਕ ਸਵਾਰ ਸਨ ਉਹ ਬਿਲਕੁਲ ਸੇਫ ਨੇ, ਸੁਰੱਖਿਅਤ ਨੇ। ਜੋ ਲੋਕ ਜਿਨ੍ਹਾਂ ਦੀ ਮੌਤ ਹੋਈ ਹੈ ਉਹ 3 ਸਵਾਰੀਆਂ ਸਨ। ਤਾਂ ਤੁਹਾਨੂੰ ਹਾਦਸੇ ਵਾਲੀ ਜਗ੍ਹਾ ਦੀਆਂ 3 ਤਸਵੀਰਾਂ ਵਿਖਾ ਰਹੇ ਹਾਂ। ਤਸਵੀਰਾਂ ਬੇਹੱਦ ਦਰਦਨਾਕ ਨੇ, ਪਰੇਸ਼ਾਨ ਕਰਨ ਵਾਲੀਆਂ ਨੇ। ਬਹੁਤ ਸਾਰੀਆਂ ਹੋਰ ਵੀ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ, ਇਸ ਕਰਕੇ ਸਾਰੀਆਂ ਤਸਵੀਰਾਂ ਅਸੀਂ ਨਹੀਂ TV 'ਤੇ ਵਿਖਾ ਸਕਦੇ ਕਿਉਂਕਿ ਬਹੁਤ ਦਰਦਨਾਕ ਹਾਦਸਾ ਵਾਪਰਿਆ ਜਿਸ ਤਰੀਕੇ ਦੇ ਨਾਲ ਬੱਸ ਦੀ ਟੱਕਰ ਹੁੰਦੀ ਹੈ। ਤਾਂ ਬਟਾਲਾ ਦੇ ਕਾਦੀਆਂ ਦੇ ਵਿੱਚ ਇਹ ਪ੍ਰਾਈਵੇਟ ਬੱਸ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, 3 ਹਾਦਸੇ ਵਾਲੀ ਜਗ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ। ਇਹਨਾਂ ਤਸਵੀਰਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਦਰਦਨਾਕ ਸੀਗਾ, ਕਿੰਨਾ ਭਿਆਨਕ ਸੀਗਾ। ਬਟਾਲਾ ਦੇ SSP ਦੇ ਮੁਤਾਬਿਕ ਇਸ ਬੱਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ, 6 ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਕਿ ਅੰਮ੍ਰਿਤਸਰ ਸ਼ਿਫਟ ਕਰ ਦਿੱਤਾ ਗਿਆ। 10 ਤੋਂ 12 ਮੁਸਾਫਰ ਜੋ ਕਿ ਜ਼ਖਮੀ ਹੋਏ ਨੇ। ਹਾਂਜੀ, ਇਹ ਰਾਜਧਾਨੀ ਬੱਸ ਹੈਗੀ ਹੈ, ਬਟਾਲਾ ਤੋਂ ਮੋਹਾਲੀ ਦੀ ਹੈਗੀ ਹੈ। ਇਹ ਇੱਧਰੋਂ ਬਟਾਲੇ ਤੋਂ ਮੋਹਾਲੀ ਸਾਈਡ ਗਈ ਸੀ ਅਤੇ ਉੱਥੇ ਕਾਦੀਆਂ ਰੋਡ ਤੋਂ ਥੋੜ੍ਹਾ ਕੁ ਅੱਗੇ ਜਾ ਕੇ ਨਾ ਕਾਦੀਆਂ ਚੁੰਗੀ ਤੋਂ ਕਰੀਬ 2 ਕਿਲੋਮੀਟਰ ਸ਼ਾਹਬਾਦ ਦੇ ਲੱਗੇ, ਉੱਥੇ ਸ਼ਾਇਦ ਕਿਸੇ ਨੂੰ ਬਚਾਉਂਦੇ ਆ ਕਿਉਂਕਿ ਸਕਿੱਡ ਮਾਰਕ ਵੀ ਸ਼ੋਅ ਕਰਦੇ ਨੇ ਕਿ ਟੂਅਰਡਸ ਇਹ ਆਪਣੀ ਰਾਈਟ ਸਾਈਡ 'ਤੇ ਮੁੜ ਗਈ। ਉੱਥੇ ਇੱਕ ਪੋਸਟ ਬਣੀ ਹੈ, ਪੋਸਟ ਦੇ ਨਾਲ ਜਿਹੜਾ ਵਾਧਾ ਜਿਹਾ ਬਣਿਆ ਹੁੰਦਾ ਉਹਦੇ ਨਾਲ ਲੱਗਦੀ ਗਈ। ਉਹਦੇ ਨਾਲ ਇਹ ਹੈ ਕਿ ਰਾਈਟ ਸਾਈਡ 'ਤੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਦਾ ਜ਼ਿਆਦਾ ਨੁਕਸਾਨ ਹੋ ਗਿਆ।
ਤਿੰਨ ਤੋਂ ਚਾਰ ਕੈਜੂਅਲਟੀ ਹੋ ਚੁੱਕੀਆਂ, ਤਿੰਨ ਜਾਂ ਚਾਰ, ਕਿਉਂਕਿ ਚੌਥੀ ਦਾ ਵੀ ਅਜੇ ਕਨਫਰਮ ਕਰ ਰਹੇ ਹਾਂ ਕਿ ਅਜੇ ਮੋਰਚਰੀ 'ਚ ਇੱਥੇ ਆਈ ਨਹੀਂ ਡੈਡ ਬੋਡੀ, ਕਹਿ ਰਹੇ ਨੇ ਚਾਰ, ਬਾਕੀ ਟੋਟਲ 20 ਦੇ ਕਰੀਬ ਹੋ ਗਏ ਸੀ ਉਹਨਾਂ ਨੂੰ, 6 ਦੀ ਜਿਹੜੀਆਂ ਸੀਰੀਅਸ ਵੀ ਇੰਜਰਡ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਲੈ ਗਏ ਨੇ ਐਂਬੂਲੈਂਸ ਹਰੇਕ ਨੂੰ ਅਲੱਗ ਅਲੱਗ, ਬਾਕੀਆਂ ਨੂੰ ਮਾਈਨਰ ਟੂ ਮੋਡਰੇਟ ਹੈਗੀ ਹੈ ਇੰਜਰੀਸ, ਉਹਨਾਂ ਦੀ ਇੱਥੇ ਟ੍ਰੀਟਮੈਂਟ ਚੱਲ ਰਹੀ ਹੈ। ਸਰ ਬੱਸ 'ਚ ਕਿੰਨੀਆਂ ਸਵਾਰੀਆਂ ਤੈਨਾਤ ਸੀ ਔਰ ਬੱਸ ਕੇ ਸਕੂਲ ਦੀ ਜਾਂ ਆਮ ਬੱਸ ਸੀ? ਨਹੀਂ ਨਹੀਂ ਆਮ ਬੱਸ ਸੀ, ਜਿਹੜੀ ਆਪਣਾ ਬਟਾਲੇ ਤੋਂ ਮੋਹਾਲੀ ਰੂਟ ਦੀ ਹੈਗੀ ਰਾਜਧਾਨੀ। ਅਤੇ ਸਰ ਜੇ ਮਰਨ ਵਾਲਿਆਂ ਵਿੱਚ ਸਵਾਰੀਆਂ ਦਾ ਨਹੀਂ ਪਤਾ ਲੱਗਾ, ਪਰ ਜੇ ਅਸੀਂ ਮੰਨ ਕੇ ਚੱਲੀਏ ਕਿ ਇੱਕ ਸਾਈਡ ਦੀ ਸਵਾਰੀਆਂ ਨੂੰ ਜ਼ਿਆਦਾ ਨੁਕਸਾਨ ਹੈ, ਫਿਰ ਮੋਰ ਦੈਨ 40 ਤਾਂ ਹੋਣਗੀਆਂ ਹੀ ਸਵਾਰੀਆਂ, ਕਿਉਂਕਿ ਇਸ ਵੇਲੇ ਮੇਨ ਸਾਡਾ ਇਹ ਨਹੀਂ ਹੈਗਾ ਕਿ ਓਵਰ ਕਰਾਊਡਡ ਜਾਂ ਬੱਸ ਕਰਕੇ ਕੁਛ ਹੋਇਆ, ਸ਼ਾਇਦ ਉੱਥੋਂ SHO ਸਾਹਿਬ ਨੇ ਮੌਕਾ ਦੇਖਿਆ। ਮੇਰਾ ਤਾਂ ਪਹਿਲਾਂ ਮਕਸਦ ਸੀ ਕਿ ਇੱਥੇ ਸਿਵਲ ਹੋਸਪਿਟਲ ਪ੍ਰਸ਼ਾਸਨ ਦੀ ਮਦਦ ਕਰੀਏ, ਡਾਕਟਰਸ ਨੂੰ ਕੋਈ ਦਿੱਕਤ ਨਾ ਆਵੇ, ਜੋ ਕਿਤੇ ਵੀ ਬਾਹਰੋਂ ਕੁਛ ਮਦਦ ਲੈਣ ਦੀ ਲੋੜ ਹੈ ਦੂਸਰੇ ਹੋਸਪਿਟਲਸ ਤੋਂ। ਸਾਡੀ ਮੇਨ ਕੋਸ਼ਿਸ਼ ਇਹ ਸੀ ਕਿ ਜਿਹੜੇ ਇੰਜਰਡ ਨੇ ਉਹ ਤੋਂ ਫਰਦਰ ਨੁਕਸਾਨ ਨਾ ਹੋਵੇ। ਸਰ ਇੰਜਰਡ ਲੋਕਾਂ ਨੂੰ ਫਿਰ ਕਿੱਥੇ ਭੇਜਿਆ ਜਾ ਰਿਹਾ ਜੀ? ਇੱਥੋਂ ਤਾਂ ਗੁਰੂ ਨਾਨਕ ਦੇਵ ਹੋਸਪਿਟਲ ਭੇਜੇ ਨੇ, ਉਹਦੇ ਕੋਈ ਘੰਟੇ ਤੱਕ ਪਤਾ ਲੱਗ ਜਾਏਗਾ ਕਿ ਬਈ ਫਾਈਨਲੀ ਉਹ ਕਿੱਥੇ ਉੱਥੇ ਦਾਖਲ ਹੋਏਗਾ। ਬਾਕੀਆਂ ਦਾ ਇੱਥੇ ਟ੍ਰੀਟਮੈਂਟ ਚੱਲ ਰਿਹਾ, ਉਹ ਸਟੇਬਲ ਨੇ, ਕਰੀਬ 10 ਤੋਂ 11 ਹੈਗੇ ਨੇ ਕਿ ਜਿਨ੍ਹਾਂ ਦਾ ਮਾਈਨਰ ਇੰਜਰੀ। ਸਰ DSP ਸੰਜੀਵ ਕੁਮਾਰ ਜਿਹਨਾਂ ਸਾਰੀ ਜਾਣਕਾਰੀ ਦਿੰਦੇ ਦੱਸਿਆ ਵੀ ਜਿਹੜੇ ਐਕਸੀਡੈਂਟ ਵਿੱਚ 3 ਤੋਂ 4 ਲੋਕਾਂ ਦੀ ਮੌਤ ਹੋ ਚੁੱਕੀ ਆ, ਔਰ ਜਿਹੜੇ 8 ਤੋਂ 10 ਲੋਕ ਜਿਹੜੇ 11 ਸੀਰੀਅਸ ਨੇ, ਉਹ ਬਾਕੀ ਫਟੜਾਂ ਨੂੰ ਜਾਂ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਜਾ ਰਿਹਾ, ਔਰ ਬਾਕੀਆਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜਿਆ ਰਿਹਾ। ਨਿਊਜ਼ 8 ਪੰਜਾਬ ਲਈ ਬਟਾਲਾ ਤੋਂ ਪਛੰਬਰ ਬਿੱਟੂ। ਤਾਂ DSP ਸੰਜੀਵ ਕੁਮਾਰ ਨੇ ਜੋ ਕਿ ਨਿਊਜ਼ 8 ਪੰਜਾਬ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਆ, ਉਹਨਾਂ ਨੇ ਵੀ ਦੱਸਿਆ ਕਿ ਬੱਸ ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ। 3 ਲੋਕਾਂ ਦੀ ਮੌਤ ਦੀ ਪੁਸ਼ਟੀ ਜਿਵੇਂ ਕਿ ਥੋੜ੍ਹੀ ਦੇਰ ਪਹਿਲਾਂ ਬਟਾਲਾ ਦੇ SSP ਦੇ ਵੱਲੋਂ ਵੀ ਕੀਤੀ ਗਈ ਸੀ। ਉਹਨਾਂ ਨੇ ਇਹ ਵੀ ਕਿਹਾ ਕਿ 10 ਤੋਂ 12 ਮੁਸਾਫਰ ਜੋ ਕਿ ਜ਼ਖਮੀ ਹੋਏ ਨੇ ਉਹਨਾਂ ਦਾ ਬਟਾਲਾ ਸਿਵਲ ਹੋਸਪਿਟਲ ਦੇ ਵਿੱਚ ਇਲਾਜ ਚੱਲ ਰਿਹਾ। 6 ਦੇ ਕਰੀਬ ਸਵਾਰੀਆਂ ਦੀ ਹਾਲਤ ਜੋ ਕਿ ਗੰਭੀਰ ਆ, ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਫਿਲਹਾਲ ਕਈ ਸੀਨੀਅਰ ਅਧਿਕਾਰੀ ਜੋ ਕਿ ਸਿਵਲ ਹੋਸਪਿਟਲ ਬਟਾਲਾ ਵੀ ਪਹੁੰਚੇ ਹੋਏ ਨੇ, ਤਾਂ ਕਈ ਜਿਹੜੇ ਕਿ ਪੁਲਿਸ ਮੁਲਾਜ਼ਮ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਵੀ ਪਹੁੰਚੇ ਹੋਏ ਨੇ, ਜਿੱਥੇ ਦੀਆਂ ਤੁਹਾਨੂੰ ਅਸੀਂ ਇਹ 3 ਤਸਵੀਰਾਂ ਵਿਖਾ ਰਹੇ ਹਾਂ, ਕਿਉਂਕਿ ਇਹਨਾਂ ਤਸਵੀਰਾਂ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਦਰਦਨਾਕ, ਕਿੰਨਾ ਭਿਆਨਕ ਸੀਗਾ, ਕਿ